ਦਿੱਤਾ ਗਿਆ ਇਸ ਦਾ ਹਵਾਲਾ ਵੀ ਦਿੱਤਾ ਜਾਂਦਾ ਹੈ ਇਹ ਸ਼ਹੀਦ ਵਿਲਾਸ ਵਿੱਚ ਲਿਖਿਆ ਗਿਆ ਹੈ ਭਾਈ ਮਨੀ ਸਿੰਘ ਜੀ ਦੇ ਪਿਤਾ ਇਹਨਾਂ ਦੇ ਇਹਨਾਂ ਨੂੰ 13 ਸਾਲ ਦੀ ਉਮਰ ਵਿੱਚ ਗੁਰਪੁਰ ਸਾਹਿਬ ਲੈ ਕੇ ਆਏ ਸਨ ਤੇ ਉਸ ਤੋਂ ਬਾਅਦ ਇਹ ਹਰਿਰਾਇ ਸਾਹਿਬ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ ਤੇ ਗੁਰੂ ਸਾਹਿਬ ਨੇ ਇਸ ਬਾਲਕ ਦਾ ਮੁਖੜਾ ਦੇ ਕੇ ਗੁਰੂ ਦੀ ਗੁਸਾ ਸਮਝਿਓ ਕਹਿੰਦੇ ਨਾ ਪੂਤ ਦੇ ਜਿਹੜੇ ਪਾਉਂ ਨੇ ਉਹ ਪਾਲ ਦੇ ਵਿੱਚ ਦਿਸ ਜਾਂਦੇ ਨੇ ਤੇ ਗੁਰੂ ਪਾਤਸ਼ਾਹ ਦੀ ਤਾਂ ਇਤਨੀ ਦੂਰਦਰਸ਼ਿਤਾ ਹੈ ਉਹਨਾਂ ਦੀ ਤਾਂ ਜੋ ਵੇਖਣ ਵਾਲੀ ਉਹ ਹੈ ਸਮਰਥਾ ਉਹ ਬਹੁਤ ਉੱਚੀ ਹੈ ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਵੇਖ ਕੇ ਇਹ ਆਸ਼ੀਰਵਾਦ ਦਿੱਤਾ ਸੀ ਮਣੀਆਂ ਇਹ ਗੁਣੀਆਂ ਹੋਵੇਗਾ ਬੀਜ ਜਗ ਸਾਰੇ ਸਾਰੇ ਸੰਸਾਰ ਵਿੱਚ ਇੱਕ ਗੁਣੀਆਂ ਹੋਵੇਗਾ ਇਹ ਗੁਣਾਂ ਦੀ ਮਹਿਮਾ ਹੋਵੇਗੀ ਤੇ ਸੱਚੀ ਮੁੱਚੀ ਇਹ ਗੁਰੂ ਪਾਤਸ਼ਾਹ ਦੇ ਬਚਨ ਤਾਂ 100% ਸੱਚ ਹੋਣੇ ਹੀ ਸੀ ਤੇ ਸੱਚ ਹੋਏ ਤੇ ਇਹਨਾਂ ਨੇ ਜੋ ਫਿਰ ਕਾਰਜ ਕੀਤੇ ਇਹਦੇ ਗੁਰੂ ਦਰਬਾਰ ਦੀ ਸੇਵਾ ਕਰਦੇ ਅਸੀਮ ਆਨੰਦ ਦੀ ਇਹਨਾਂ ਨੂੰ ਅਨੁਭੂਤੀ ਹੋਈ ਭਾਈ ਮਨੀ ਸਿੰਘ ਜੀ ਗੁਰੂ ਘਰ ਵਿੱਚ ਰੁਕ ਗਏ ਉੱਥੇ ਹੀ ਰੁਕ ਗਏ ਤੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਵਿਆਹ ਹੈ ਉਹ ਭਾਈ ਲੱਕੀ ਰਾਜ ਦੀ ਸਪੁੱਤਰੀ ਬੀਬੀ ਸੀਤੋ ਜੀ ਨਾਲ ਹੋਇਆ ਹੈ ਸਾਰ ਸਮਝਿਓ ਇਹ ਜੋ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ ਗੁਰੂ ਨੌਵੇਂ ਪਾਤਸ਼ਾਹ ਦਾ ਜਿਨ੍ਹਾਂ ਦੇ ਘਰ ਦਾ ਸੰਸਕਾਰ ਕੀਤਾ ਹੈ ਲੱਖੀ ਸ਼ਬਦ ਜਾ ਰਹੇ ਉਹਨਾਂ ਦਾ ਜ਼ਿਕਰ ਆਇਆ ਹੈ ਉਹ ਇਹਨਾਂ ਦੇ 16 ਸਾਲ ਯਾਨੀ ਹਰ ਪਾਸੇ ਸ਼ਹਾਦਤਾਂ ਦਾ ਸਿਲਸਿਲਾ ਜੋ ਹੈ ਉਹ ਬਣਿਆ ਹੋਇਆ ਹੈ ਕਹਿੰਦੇ ਨੇ ਫਿਰ ਇਸ ਤੋਂ ਬਾਅਦ ਨੌਵੇਂ ਪਾਤਸ਼ਾਹ ਜਦੋਂ ਇਹ ਜੋਤੀ ਜੋਤ ਸਮਾ ਗਏ ਅੱਠਵੀਂ ਤਾਂ 7ਵੇਂ ਪਾਤਸ਼ਾਹ ਅਤੇ 8ਵੇਂ ਪਾਤਸ਼ਾਹ ਦੀ ਸ਼ਰਨ ਵਿੱਚ ਗਏ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹੇ ਫਿਰ ਇਹ ਨੌਵੇਂ ਪਾਤਸ਼ਾਹ ਜੋ ਬਾਬਾ ਬਕਾਲੇ ਉੱਥੇ ਜਦੋਂ ਸਮਾਧੀ ਦੀ ਅਵਸਥਾ ਵਿੱਚ ਬੈਠੇ ਨੌਵੇਂ ਪਾਤਸ਼ਾਹ ਇਤਨੇ ਸਾਲ ਜਦੋਂ ਉਹਨਾਂ ਨੇ ਤਪੱਸਿਆ ਕੀਤੀ ਹੈ ਉੱਥੇ ਸੇਵਾ ਵਿੱਚ ਹਾਜ਼ਰ ਰਹੇ ਨੇ ਅਤੇ ਜਦੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਭਾਰਤ ਦੇ ਪੂਰਬੀ ਖੇਤਰ ਵਿੱਚ ਧਰਮ ਪ੍ਰਚਾਰ ਲਈ ਗਏ ਨੇ ਉਦੋਂ ਸਾਰ ਸੰਗਤ ਜੀਓ ਇਹ ਵਾਪਸ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਅਤੇ ਭਾਈ ਮਨੀ ਸਿੰਘ ਜੀ ਵੀ ਅਨੰਦਪੁਰ ਸਾਹਿਬ ਆ ਗਏ ਇੱਥੇ ਰਹਿ ਕੇ ਭਾਈ ਸਾਹਿਬ ਨੇ ਗੁਰਬਾਣੀ ਦੀ ਪੋਥੀਆਂ ਦੇ ਉਤਾਰੇ ਕੀਤੇ ਵੀ ਅਤੇ ਕਰਵਾਏ ਵੀ ਇਹ ਮਹਾਨ ਕਾਰਜ ਕੀਤਾ ਫਿਰ ਕਸ਼ਮੀਰੀ ਪੰਡਿਤਾਂ ਦੀ ਜਿਹੜੀ ਕਰੁਣਾਮਈ ਗਾਥਾ ਸੁਣੀਏ ਜਿਹੜਾ ਇੱਕ ਸਮੇਂ ਦੀ ਕਰਵਟ ਲਈ ਘਟਨਾ ਕ੍ਰਮ ਬਦਲਿਆ ਉਸ ਵੇਲੇ ਕਹਿੰਦੇ ਨੌਵੇਂ ਪਾਤਸ਼ਾਹ ਦੀ ਜੀ ਸ਼ਹੀਦ ਹੋ ਗਏ ਤਾਂ ਤਦ ਭਾਈ ਮਨੀ ਸਿੰਘ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਨੇ ਉਹਨਾਂ ਦੇ ਕੋਲ ਰਹੇ ਇਸ ਸਮੇਂ ਆਪ ਜੀ ਦੀ ਉਮਰ 30 ਵਰਸ ਦੱਸੀ ਜਾਂਦੀ ਹੈ ਤੇ ਇਸ ਦਾ ਜੋ ਹਵਾਲਾ ਹੈ ਉਹ ਦਿੱਤਾ ਹੈ ਇਹਨਾਂ ਦੀ ਸ਼ਖਸੀਅਤ ਨੂੰ ਉਸ ਵੇਲੇ ਦਰਸਾਇਆ ਹੈ ਪੰਡਿਤ ਸੇਵਾ ਸਿੰਘ ਨੇ ਇਸ ਅਵਸਥਾ ਦਾ ਜ਼ਿਕਰ ਕੀਤਾ ਹੈ ਦੋਹਰਾ ਆਯੂ 35 ਵਰਸ ਕੀ ਮਨੀ ਸਿੰਘ ਕੀ ਆਏ ਲਿਖੇ ਲਿਖਾਏ ਪੋਥੀਆਂ ਮਨ ਮੈਂ ਬਹੁਤ ਉਤਸਾਹ ਕੇ ਕਵਿਤ ਸੇਵਾ ਸੀ ਕਰਨ ਤੇ ਰਹਿੰਦ ਪੁਰਾ ਪਾਸ ਸਦਾ ਲਿਖ ਲਿਖ ਬਾਣੀ ਕਰੇ ਪੋਥੀਆਂ ਤਿਆਰ ਏ ਪੜ੍ਹਦਾ ਪੜ੍ਹਾਉਂਦਾ ਤੇ ਬਿਣਾਉਂਦਾ ਨਹੀਂ ਆਪ ਕਾਈ ਮਨ ਨੀਵਾ ਮਨ ਉੱਚੀ ਇਹੋ ਦਿਲ ਤਾਰ ਏ ਹੱਟੀ ਤੱਪੀ ਪੂਰਾ ਸਿੱਖੀ ਸਿਦਕ ਦਾ ਪੁਤਲਾ ਸੀ ਸਾਖੀਆਂ ਸਿਦਕ ਦੀਆਂ ਕਰਦਾ ਉਚਾਰ ਏ ਸੇਵਾ ਕਰੀ ਕਿਵੇਂ ਕਿਵੇਂ ਮੀਤ ਗਏ ਬਰਸ ਗਏ ਯੁੱਧ ਦੇ ਕਰਨ ਵਿੱਚ ਬੜਾ ਹੁਸ਼ਿਆਰ ਏ ਹੁਣ ਸਾਸਨ ਜੀਓ ਇੱਧਰੋਂ ਕਲਮ ਦੇ ਲਿਖਾਰੀ ਦੀ ਗੱਲ ਆ ਗਈ ਇੱਧਰੋਂ ਯੁੱਧ ਵਿੱਚ ਹੁਸ਼ਿਆਰ ਯੋਧਾ ਵੀ ਨੇ ਤੇ ਇਹ ਸਾਰਾ ਹਵਾਲਾ ਦੇ ਕੇ ਨਾਲੇ ਇਤਨਾ ਆਪਣੇ ਆਪ ਨੂੰ ਕਿਧਰੇ ਗਿਣਵਾਉਂਦੇ ਨਹੀਂ ਆਪਣੇ ਆਪ ਇਤਨਾ ਮਨ ਨੀਵਾਂ ਤੇ ਮਤ ਉੱਚੀ ਰੱਖੀ ਹੋਈ ਹੈ ਐਸੀ ਗੁਰੂ ਸਾਹਿਬ ਦੀ ਕਿਰਪਾ ਹੈ ਇਹਨਾਂ ਤੇ ਤੇ ਇਤਨੇ ਕਾਰਜ ਕਰਕੇ ਵੀ ਕਦੇ ਜਿਤਾਉਂਦੇ ਨਹੀਂ ਤੇ ਬੜੇ ਹਕੀਮੀ ਦੇ ਨਾਲ ਇਹ ਸੀਮਾਵਾਂ ਜਿਹੜੀਆਂ ਨੇ ਗੁਰੂ ਘਰ ਦੀਆਂ ਨਹੀਂ ਮੰਨਦੇ ਰਹੇ ਕਹਿੰਦੇ ਭਾਈ ਮਨੀ ਸਿੰਘ ਜੀ ਜਦੋਂ ਇਹ ਜੋ ਸਪਸ਼ਟ ਕੀਤਾ ਹੈ ਇਸ ਤਰ੍ਹਾਂ ਇਹ ਜੱਪੀ ਵੀ ਸਨ ਤੱਪੀ ਵੀ ਸਨ ਹੱਟੀ ਵੀ ਸਨ ਸਫੁਰਤੀਮਾਨ ਸਨ ਯੁੱਧ ਕਲਾ ਵਿੱਚ ਵੀ ਪ੍ਰਵੀਨ ਸਨ ਸਾਖੀਆਂ ਸ਼ਰਨ ਸ਼ਰਵਣ ਕਰਵਾਉਣ ਵਾਲੇ ਕਥਾਕਾਰ ਤੇ ਵਿਸ਼ਵਸ਼ਨੀਏ ਪ੍ਰੀਤਵਾਨ ਸਿੱਖ ਵੀ ਸਨ ਇਹਨਾਂ ਨੂੰ ਪ੍ਰਚਾਰ ਕਰਿਆ ਗਿਆ ਹੈ ਤੇ ਤੀਜੇ ਮੁੱਖ ਗ੍ਰੰਥੀ ਦੇ ਰੂਪ ਵਿੱਚ ਹਰਿਮੰਦਰ ਸਾਹਿਬ ਜੀ ਦੀ ਸੇਵਾ ਚ ਨਿਭਾਈ ਹੈ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕਹਿਣ ਇਤਨੀ ਮਹਾਨ ਕਾਰਜ ਕਰਦੇ ਹੋਏ ਇਹਨਾਂ ਨੇ ਕਦੇ ਆਪਣੇ ਆਪ ਨੂੰ ਜਗਾਇਆ ਨਹੀਂ ਤੇ ਸਤਸੰਗ ਜੀਓ ਇੱਕ ਹੋਰ ਬਹੁਤ ਵੱਡੀ ਗੱਲ ਜੋ 52 ਕਵੀ ਨੇ ਦਸਮ ਪਾਤਸ਼ਾਹ ਦੇ ਉਹਨਾਂ ਦੇ ਵਿੱਚ ਇਹਨਾਂ ਦੀ ਖਾਸ ਗਿਣਤੀ ਹੈ ਉਸ ਪ੍ਰਥਾ ਲਿਖਿਆ ਕਿ ਜੋ ਦਸਮੇਸ਼ ਪਾਤਸ਼ਾਹ ਦੇ 52 ਕਵੀ ਨੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਵੀ 52 ਦੇ ਗੁਰਬਾਸ ਉਹਨੇ ਗਣਨਾ ਇਨਕੀ ਖਾਸ ਪੰਜ ਪ੍ਰਕਾਸ਼ ਲਿਖਿਆ ਹੈ ਉਹਨਾਂ ਦੇ ਵਿੱਚ ਇਹਨਾਂ ਦੀ ਗਣਨਾ ਇਹਨਾਂ ਦੀ ਜਿਸਦੀ ਖਾਸ ਤੌਰ ਤੇ ਹੁੰਦੀ ਸੀ ਯਾਨੀ ਕਵਿਤਾ ਵੀ ਬੜੀ ਖਾਸ ਲਿਖਦੇ ਹੋਣਗੇ ਇਸ ਲਈ ਇਹ ਲਿਖਿਆ ਹੈ ਖਾਲਸਾ ਸਿਰਜਣਾ ਦਿਵਸ ਤੇ ਆਪ ਉਹਨਾਂ ਭਾਗਸ਼ਾਲੀ ਤਕਦੀਰ ਵਾਲਿਆਂ ਵਿੱਚੋਂ ਸੀ ਜੋ ਗੁਰੂ ਸਾਹਿਬ ਦੇ ਹੱਥੋਂ ਇਹਨਾਂ ਨੇ ਅੰਮ੍ਰਿਤ ਅੰਮ੍ਰਿਤ ਚੱਕਿਆ ਹੈ ਤੇ ਸਾਸਨ ਜੀ ਫਿਰ ਸਿਰਫ ਚੱਕਿਆ ਨਹੀਂ ਹੈ ਅੱਗੋਂ ਇਹ ਚੁਕਾਉਣ ਦਾ ਇਹ ਪ੍ਰਚਾਰ ਦਾ ਅੰਮ੍ਰਿਤ ਪ੍ਰਚਾਰ ਸੰਚਾਰ ਦਾ ਵੀ ਇਹਨਾਂ ਨੇ ਮਹਾਨ ਕਾਰਜ ਜੋ ਹੈ ਉਹ ਫਿਰ ਲਗਾਤਾਰ ਬਾਅਦ ਵਿੱਚ ਵੀ ਕਰਦੇ ਰਹੇ ਨੇ ਕਲਮ ਦੇ ਟੇਪ ਦੇ ਕਰੀ ਹੋਣ ਦੇ ਨਾਲ
बदला दिता है उस सारा परिवार जिहड़ा है इन्हां दा जो परम तो कुर्बान है निछावर है। श्री गुरु गोबिंद सिंह जी ने आप जी नूं अमृत साहिब सिखां दी बेनती ते दरबार साहिब सेवा संभाल वास्ते भेजिया। उत्थे गुरु मर्यादा का प्रवाह आपने चलाया, सिक्खी का प्रचार करन दे नाल नाल अमृत प्रचार की लहर नूं भी बहुत वधाया। उत्थे मुख ग्रंथी दे रूप विच सेवा दित्ती, सारा प्रबंध इन्ना सुव्यवस्थित ढंग नाल, इतना सुचजे ढंग दे नाल कि जो अज भी जे जिक्र करते हैं तो फिर इन्हों का नाम उदों विच मुख रूप में लिया जाता है। इस तरह सतसंग जीओ एक होर बड़ा महान कारण जिसका आप आम जिक्र नहीं सुनते हाँ, कहते इन्हों पर विश्वास करके खालसा ते बंदई जो दो तरह के खालसा पंथ में ना दो तरह की जिवें लहर आ जाए ना उस तरह का हो गया, एक जो बंदई खालसा ते एक तत् खालसा, ते दोनों विच एक थोड़ी जी कहने ना मन मुटाव जिहा हो जाता है या कदे कोई अपने आप नूं उच्चा साबित करन दे लई दूजे नूं थोड़ा नीवा देखण लग जाता है या दिखाण की कोशिश करता है, तो फिर सतसंग जिहड़े कारण धर्म दे हो रहे होंदे ने परोपकार दे हो रहे होंदे ने उह उतने तसल्ली बख्श नहीं हो सकते। जदों इन्हां दोनों दे विच इस तरह दी फिर उन्हां सारे कारजां विच गिरावट आण लगे। इत्थे भाई साहिब मनी सिंह ने भाई मनी सिंह जी ने बहुत वड्डा उपराला करके इन्हां दोनों नूं मिलाया। किवें मिलाया? कहिंदे ने हर इक पौड़ी विच जो बंदई खालसा ते तख्त खालसा जो है उन्हां दे नां दीआं पर्चियां पा के कि उस विच हर इक पौड़ी उस पतन ते उस विच पाणी विच जो है बहा दित्तीआं ते इक कहा जिहड़ी पर्ची उत्ते आ जावेगी उन्हां दे विच दूजा जिहड़ा तख्त है उस नूं मिले ही होणा पवेगा। यानी फिर अपना अपना आपा भी जतान के वो उन्होंने मिल के काम करेंगे। तो ऐसा होया उत्थे खालसा जो तख्त खालसा सी उसकी पर्ची उत्ते आ गई तो बनाई खालसे की जी पर्ची सी वो डूब गई पानी के अंदर। उस तो बाद इन्होंने इसके कारण बड़ी सूझबूझ के नाल अमन शांति के नाल ये फैसला हो गया कि वो उन्होंने विच जो है मिल के उन्होंने नाल मिल के एक रूप में उस सारे कारज जिहड़े सेवा दे रहे वो निभाते रहे। संघ एक होर बड़ा वड्डा इन्हों का जो कारज है जिसके पिछे इन्हों की शहादत हुई है वो है 1737 दिवाली पर जब दिवाली पर भाई मनी सिंह जी ने श्री दरबार साहब श्री अमृतसर साहब तो संगत की सभा बुलाई हुई सी ते उस दे विच बहुत महान कारज करन दे लई अगले कारज नियत करन दे लई जो कोशिश दो मिनट जो ये बहुत वड्डी गल सी इस करके साझी करनी जरूरी है। ते जदों ये सारा कुछ करना सी ते उत्थे फिर इन्हां दे लई शर्त रखी गई जकरिया खान ने वो एकत्रता दे लई ते सहमति दे दित्ती पर ये कहा कि 5,000 तुहानूं देना पवेगा ते इन्हां ने स्वीकार कर लिया। तो जो पता लगा कि अंदरों इन्होंने की ख्वाहिश थी इन्होंने जो माड़े इरादे सन कि जिमें संगत इन्होंने एकत्र होगी तोपा ना उड़ा दी जाएगी, इसकी भनक सूह जी है भाई मनी सिंह जी को पै जाती है। भाई मनी सिंह जी ने रातों रात सारों ये संदेश जितना मुमकिन हो सकिया संदेश पहुँचा दिते कि तुम एकत्र नहीं होना, पर फिर भी थोड़ी बहुत संगत एकत्र होनी सी जिन्हों को नहीं मैसेज पहुँचा तो उन्होंने अपनी जी जो दुर्भावना से जो पाप होर से उन्होंने अंदर कि इन्हों इस तरह खत्म करना है वो होया नहीं, तो इस करके उन्होंने फिर वो 5,000 मंगे। तो भाई मनी सिंह जी कहते जो संगत आई नहीं जुड़ी नहीं तो फिर 5,000 कानू कानू देगी, तो यह कहते उन्होंने बंदी बना लिया गया। बंदी बनाने तो बाद उन्होंने अगर शर्त रखी गई इस्लाम कबूल कर लो, इन्होंने इनकार कर दिता। तो जो इनकार कर दिता तो फिर इस साल इन्होंने सामने इन्होंने दो मित्रों ने इन्होंने दो साथियों ने बहुत सम्माननीय सतसंग जी मैं जिक्र करा बहुत ही तसल्ली देकर उन्होंने शहीद किया गया। फिर भाई मनी सिंह जी ने यह कहा गया कि तुम जो है तुम्हारा बंधन कटिया जाएगा, इन्होंने हंसते हंसते स्वीकार कर लिया इस्लाम का कतई नहीं किसी कीमत पर भी नहीं, कहते 100 जिंदगियां कुर्बान ने अपनी सिक्खी के असूलों वास्ते तो सानू कोई जान नाल प्यार नहीं है। 90 साल की उम्र से उस वेले अवस्था से इतनिया सेवावान करते हुए इन्होंने गुरु ग्रंथ साहब जी का भी उतारा किया है, जो 9वें पातशाह की पावन बाणी जो गुरु पातशाह ने इन्होंने को लिखवाई है वो पूरा त्यो इन्होंने तैयार किया है गुरु ग्रंथ साहब के असूलों। तो हूँ सतसंग जी जो ये कहा गया बंद कट दिए जाएंगे तो वो जो
जलाल से टोका तेज करके लेके खड़ा है। फिर जब इतने उसने टोका मारन दे रही कर कीता ते कहंदे क्यों तेनु अपने मालिक का हुक्म बजाना नहीं आता, बंद मन इत्थे होंदा है, मैनु इत्थों पोरे तो उंगल दे पहले पोरे तो बटना शुरू कर। यह है सिखी सत्संग जीओ ते यह है जज्बा ते उत्थे जुल्मां दी हद है इंतहा है, इधर सबर है इधर प्यार है गुरु दे नाल अपने कर्म दे नाल अनंत दे नाल अनंत दे नाल जीना ते अनंत दे नाल मरना। ये कोई इस पंथ तो सीखे ते सत्संग जी इस तरह इन्हां दा बंद बंद करके जो है शहीद कर दिता गया ते अरदास दी पावन पंक्ति जो है जिन्हां सिंघां सिंघणियां ने धर्मेशी दिते बंद बंद कटवाए। जो याद आंदा है आपां स्मृति मंदिर च लैके आईए तां भाई मनी सिंह जी दी ओह तस्वीर जिहड़ी सामने आती साडे अंदर एक ऐसा जज्बा भरती है कि अपनी सिक्खी सिदत नूं किस तरह निभाया जांदा है। वाहिगुरु रहमत करे कृपा करे तरस करे हुण ओह परिस्थितियां नहीं ने पर असीं अपने उस धर्म नूं अपने विरसे नूं याद रखिए ताकि साडे अंदर जो है ओह जज्बा बनिया रहे ते असीं बड़े अणख दे नाल जी सकीए अणख नाल रहिए। वाहिगुरु सब ते कृपा करे रहमत करे तरस करे कोई किणका प्यार दा इस पावन बाणी दा इतिहास दा ਸਾਡੇ ਅੰਦਰ ਇਸ ਕਦਰ ਰਸ ਵਸ ਜਾਵੇ ਜਿਸ ਸਦਕੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਪ੍ਰਭ ਆਪੇ ਮੇਰੀ ਵਿਵਸਥਾ ਬਣ ਸਕੇ ਪੁੱਲਾ ਚੁੱਕਾ ਨਿਕਮਾ ਬਖਸ਼ਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।